ਬਲਵਿੰਦਰ ਤੁਹਾਨੂੰ ਲਾਮਾ ਦੇ ਰਿਹਾ ਕਹਿੰਦਾ ਜਿਸ ਦਿਨ ਤੁਸੀਂ ਲਾਈਵ ਹੋਏ ਸੀ ਮੈਂ ਇੰਨੀ ਵਾਰ ਨਾਂ ਵਿੱਚ ਲਿਖਿਆ ਵੀ ਸਬਸਕ੍ਰਾਈਬ ਕਰੋ ਮੇਰਾ ਨਾਮ ਨਹੀਂ ਬੋਲਿਆ ਸੌਰੀ ਭਾਜੀ ਅਗਲੀ ਵਾਰ ਨਹੀਂ ਹੋਊਗਾ ਦੇਖ ਜੋ ਸੋਨੂੰ ਜੁੱਤੀ ਦੇਖ ਲਓ ਹਾਂ ਭਾਬੀ ਜੁੱਤੀ ਲੈਣ ਆਈਏ ਹਾਂ ਉਹ ਪਸੰਦ ਨਹੀਂ ਆਈ ਉਹ ਵਾਪਸ ਭੇਜ ਦੇਣੀ ਹੈ ਜੁੱਤੀ ਸੋਹਣੀ ਉਹਦਾ जुत्ती पसंद करा मैं बैक कैमरा करके दिखाउनी है देख बलविंदर बलविंदर की पसंद जुत्ती लैनी सोनू कहिंदी घरों चप्पल पा के आई सोनू जुत्तियां नी राज किसी ने कहता कहते भैन पैसे अस देने जुत्ती दवा ठीक है घरे फोन ला ला बलविंदर गगन ओके ओके कर दे शाम नू गल ओके काली कुत्ती लाल पांचे सर्दी डार्क ही सोहनी लगनी है होर हुण इधर देख लो चेक कर लो केड़ी केड़ी लैनी जुत्ती सोनू ने नहीं तो ज्यादा उपर गया जा गाह जा पिया हुआ नीली हाँ भी सोहनी पर मेरे नाल नाप भी दिखायो मैं भी आई नाल मैं थोनू दवाई जाए एक लग जा हाँ हाँ झातिया मारी जा लैनी भी आई झातिया नहीं मारनी है जरा चीज लै ब्लैक सोनी है दोने अड अड पैर लगे सारे सूटर चल जाने भाजी कहते टॉप कलर दिता तुम टॉप टॉप इधर कर टॉप कलर सोनू कहने मार दी है ना दसो कलर आ सोना मन ज्यादा लग रहा दोनों सोने लग रहे हैं सोने लग रहे हैं रोज आडर पैर चल पड़ा जे पा दिए हां हां फैशन है फैशन है तुम मत चला दो ਸਾਡਾ ਤਾਂ ਵੈਸੇ ਲੋਕਾਂ ਨੇ ਫੋਲੋ ਕਰਦਾ ਕੋਈ ਪ੍ਰਾਪ ਦਾ ਕਿਹੜਾ ਕੋਈ ਫੈਸ਼ਨ ਕੋਈ ਜਿਹਨੂੰ ਉਹਨੇ ਅਡਰ ਜੁੱਤੀਆਂ ਪਾਈਆਂ ਕਿਸੇ ਲੇਡੀ ਨੇ ਆਪਣੇ ਬੰਦੇ ਨਾਲ ਚੱਕ ਕੇ ਪਾ ਲਿਆ ਉਹ ਸਾਰਾ ਫੈਸ਼ਨ ਬਣ ਗਿਆ ਫੈਸ਼ਨ ਬਣ ਗਿਆ ਸੋਹਣੀ ਲੱਗ ਰਹੀ ਹੈ ਆ ਜਾ ਮੈਂ ਵੀ ਦੇਖ ਦਿਆਂ ਇਹਦੇ ਨਾਲ ਇਹਦੀ ਫਿਟਿੰਗ ਬਹੁਤ ਪਿਆਰੀ ਆਈ ਹੈ ਜਿਹਦੀ ਜਿਵੇਂ ਇਹਦੀ ਫਿਟਿੰਗ ਹੈ ਨਾ ਇਹ ਜਿਹੜਾ ਪੀਚ ਕਲਰ ਆਉਂਦਾ ਇੱਕ ਇੱਕ ਕਲਰ ਬਲੈਕ ਨਹੀਂ ਆਉਂਦਾ बंदा ना जुत्ती तो पछाणा जांदा जे जुत्ती ना तुसीं चाजी दित्ती तां तुहाडी खैर नहीं हैगी ठीक है ना हां आ जाए भाजी नूं कहड़ा बैन कीता यूट्यूब ने कि भाजी दा मूंह भी वीडियो ते लाउणा अजे तक कड्डो भाजी फिर क्यों हो गया मेरा भरा वा तो भरा भैन आते बहुत कुछ कर देंगे जानते रहते तो जुत्ती क्डन है ना दोनों तो जी मर्जी लै लो यदि फिटिंग ज्यादा घंट लगन की पांच मैं पांच ये लगन की सॉफ्ट लगन की ज्यादा सखिया भैन ने सखिया भैन ने यह गगन है तो इधर अमन वा वो नाम भी धरता दे मेहरून वधिया लगे चाह लो नहीं नहीं चाह नहीं पानी पिला दो घट जो पिला पानी पानी मारी मत
ਅਸੀਂ ਉਹ ਆ ਜਿਹੜੇ ਪੂਜਾ ਵਾਲਿਆਂ ਦੀ ਦੁਕਾਨ ਤੇ ਆ ਕੇ ਪਾਣੀ ਨਹੀਂ ਪੀਂਦੇ ਹੈਗੇ, ਉਹਨਾਂ ਦੀ ਦੁਕਾਨ ਦਾ ਚਾਹ ਪੀਂਦੇ ਹਨਾ। ਉਹ ਕਹਿੰਦਾ ਧੀਆਂ ਦੇ ਘਰ ਦਾ ਪਾਣੀ ਨਹੀਂ ਪੀਣਾ ਚਾਹੀਦਾ। ਅਸੀਂ ਆਪਣੀ ਨਾਨ ਕੋਲ ਗਏ, ਅਸੀਂ ਕਿਹਾ ਸੀ ਧੀਆਂ ਦੇ ਘਰ ਦਾ ਪਾਣੀ ਨਹੀਂ ਪੀਣਾ, ਸਾਨੂੰ ਕੋਲਡ ਡਰਿੰਕ ਪਿਆ ਦੇ। ਭਾਜੀ ਮੇਰੇ ਕੋਲ ਨਾ ਬਾਟਾ ਦੀਆਂ ਜੁੱਤੀਆਂ ਪਈਆਂ ਇਹਦੇ ਨਾਲ ਦੀਆਂ ਸੇਮ, ਮੈਂ ਆਪ ਨਹੀਂ ਪਾਤਾ। ਆ ਦੇਖੋ ਬ੍ਰਾਂਡ ਵਾਲੇ ਵੀ ਕਹਿੰਦੇ ਆ ਵੀ ਲੋਕਲ ਜੁੱਤੀ ਦੋ। ਹਾਂ ਮੈਂ ਬਾਟਾ ਦੀਆਂ ਪਾਪਾ ਕੇ ਆਖੂਗੀ ਮੈਂ। ਆ ਤਾਂ ਸੋਹਣੀ ਲੱਗੀ ਮੈਨੂੰ, ਫਿਟਿੰਗ ਘੈਂਟ ਆ, ਪਰ ਇਹ ਐਨ ਲੱਗਦੀ ਮੱਧਮ ਜੀ ਹੈ। ਕਿਹੜਾ ਜੀ? ਆ ਜਿਹੜਾ ਇਹ ਨਹੀਂ, ਇਹ ਵੈਲਵਟ ਜੀ ਨਾ, ਸਵੀਟ ਲੈਦਰ ਹੈ। ਸਵੀਟ ਲੈਦਰ ਨਾਲ ਦੇਖ ਲੈ, ਵੁੱਡ ਲੈਦਰ ਲੱਗ ਰਿਹਾ ਨਾ ਮੈਡਮ। ਜੁੱਤੀ ਪਾ ਕੇ ਅਸੀਂ ਬਾਜ਼ਾਰ ਚ ਫਿਰਦੇ ਨਾ, ਉਹ ਤੱਕ ਜਾਣਾ ਪੈਂਦਾ ਐਂਡ ਵਾਲੇ ਪਾਸੇ, ਫਿਰ ਉਧਰੋਂ ਇੱਧਰ ਆਉਣਾ ਪੈਂਦਾ, ਫਿਰ ਲੱਗਦਾ ਵੀ ਜੁੱਤੀ ਕੰਫਰਟੇਬਲ ਹੋਵੇ, ਤੁਰਨ ਚ ਵਧੀਆ ਲੱਗੇ। ਘਰੇ ਫੇਰ ਉੱਠ ਕੇ ਪਾ ਲਿਆ ਕਰਾਂ, ਵਿੱਚ ਕਿਹੜਾ ਕਰਾਂ, ਲਾਜਾ ਕਰ ਜਿਹੜਾ ਕਿਹੜਾ ਹੋਰ ਵਿੱਚ ਬੀਚ ਨਹੀਂ ਲੈਣਾ, ਬੀਚ ਨਹੀਂ ਲੈਣਾ ਹੈਗਾ। ਇਹਦੇ ਚ ਮੈਨੂੰ ਇੱਕ ਬਲੂ ਦਿਖਾ ਦੋ, ਆਹ ਰੱਖ ਦੇ ਮੇਰਾ ਸਾਈਜ਼। ਕਿਹਦੇ ਚ? ਇਹਦੇ ਚ ਸੇਮ ਹੀ। ਅੱਛਾ ਅਲੱਗ ਅਲੱਗ ਡਿਸਕਾਊਂਟ ਕਰਨਗੇ, ਦੋ ਲੈ ਲਾਂਗੀ 20 ਹੋ ਡਿਸਕਾਊਂਟ। ਮੇਰਾ ਫੈਸ਼ਨ ਦੇਖੋ, ਦਸ ਕਰ ਨਾਲ ਮੈਂ ਬਾਜ਼ਾਰ ਚ ਉੱਥੇ ਬਸ ਜਾਣਾ। ਕੰਮਕਾਰ ਵਾਲੇ ਧੀਆਂ ਪੁੱਤ ਇਦਾਂ ਹੀ ਹੁੰਦੇ ਹੁੰਦੇ ਆ, ਫੈਸ਼ਨ ਵਾਲੇ ਹੋਰ ਹੁੰਦੇ ਜਿਹੜੇ ਮਾਨਾ ਬੈਠ ਚੜ ਕੇ ਬੈਠਣ ਦੇ। ਮੈਨੂੰ ਦੱਸ ਇਹਦੀ ਫਿਟਿੰਗ ਕਿਵੇਂ ਆ? ਮੈਂ ਪਾਣੀ ਸੀ ਪੈਰਾਂ 'ਚ ਲੈ, ਇੱਧਰ ਐਂ ਫਿਰ ਲਿਆ ਜੋ ਗਵਾਚੀ ਗਾਂ ਨਹੀਂ ਫਿਰਦੀ ਹੁੰਦੀ, ਉਵੇਂ ਫਿਰਨ ਡੇ ਬਾਜ਼ਾਰ 'ਚ। ਮੈਂ ਥੋੜ੍ਹਾ ਤੇ ਕੰਮ ਜ਼ਿਆਦਾ, ਕੰਮ ਜ਼ਿਆਦਾ, ਜਾ ਕੇ ਸਬਜ਼ੀ ਬਣਾਉਣੀ। ਮੈਂ ਵਰਤ ਹੁਣ ਅਸੀਂ ਆਏ ਹਾਂ ਲੈਸਾਂ ਲੈਣ, ਆਹੀ ਕਰ ਦਿਓ ਸਰ। ਆਹੀ ਠੀਕ ਹੈ, ਇਹ 'ਚ ਸ਼ਾਈਨ ਆ, ਉਹ ਸਿੰਪਲ ਹੈ। ਹਾਂਜੀ ਇੱਕ ਦੁਪੱਟੇ ਦੀ ਜੀ। ਹਾਂਜੀ ਹਾਂ ਲੈ ਫਲਾ, ਦੇਖੋ ਇਹ ਕਿੰਨਾ ਸਮਾਨ ਲਿਆ, ਡਮ ਡੰਡਾ ਹਲਕਾ ਜਿਹਾ ਲੱਗਦਾ ਇਹ। ਕੜਾਈ ਜਾ ਰਹੀ ਸਾਡੀ ਅੱਗੇ, ਬਸ ਜਾਂਦਿਆ ਸਰ ਪੰਜੀਰੀ ਤੇ ਬਹਿ ਜਾਣਾ। ਮੇਰੇ ਜੁੱਤੀ ਵਾਲਾ ਲਫਾਫਾ ਗੱਡੀ ਦੇ ਅੰਦਰ ਤੱਕ ਦੇ। ਹਾਂ ਗੱਡੀ ਧਰ ਤੱਕ, ਉਹ ਇਹ ਜੁੱਤੀ ਇੰਨੀ ਮਹਿੰਗੀ ਜੁੱਤੀ ਲੈ ਕੇ ਜੁੱਤੀਆਂ ਪੈ ਜਾਣ ਪੈ ਜਾਣਗੀਆਂ। ਲੈ ਕੇ ਲੰਦਰ ਦਿਖਾ ਮੜ ਜੀ, ਆਪਾਂ ਜਦੋਂ ਐ ਕਰਾਂਗੇ ਆ ਗੰਨ ਦਿਖਾ ਮੜ ਜੀ। ਗੰਨ ਹੈ AK-47 ਜੇ ਵੀ ਪਾਣੀ ਵੀ ਉਹਦੇ ਵਰਗੀ ਹੈ। ਆਈਏ ਬਾਜ਼ਾਰ ਕੀ ਚੱਕਾ ਚੌਂਦ ਦੇਖੀਏ, ਬਾਜ਼ਾਰ ਆਪਣੀ ਉਧਰੋਂ ਕੰਮ ਨੇ ਤਬਾਹ ਰੱਖਾ, ਚੱਕਾ ਚੌਂਦ ਹੋਈ ਪਈ ਹੈ। ਕਿੱਧਰ ਜਾਣਾ? ਦੇਖੋ ਸੁਨਾਮ ਸ਼ਹਿਰ ਦੇਖੋ ਕਿੰਨਾ ਸਜਾ ਹੋਇਆ ਹੈ। ਕਿਹਨਾਂ ਨੂੰ ਜਾਣਾ? ਲਓ ਜੀ ਅਸੀਂ ਹੁਣ ਜਾਵਾਂਗੇ ਬਿਕਾਨੇਰ ਦੇ, ਜਾਵਾਂਗੇ ਬਿਕਾਨੇਰ ਦੇ ਕਿ ਬੀਕਾਨੇਰ ਦੇ? ਬੀਕਾਨੇਰ। ਡੋਡੀਆਂ ਆ ਗਈਆਂ ਮੈਤੇ ਵੱਲ, ਅੱਗ ਲੈਣੇ ਆ, ਅੱਗ ਲੈਣੇ ਆ, ਆ ਕੱਚੀ ਏ ਨਹੀਂ ਲੈਣੀ, ਪੱਕੀ ਲੈਣੀ, ਦੋਨੋਂ ਲੈਣੀ ਨੇ, ਪੱਕੀ ਇੱਕ ਸਾਡਾ ਕੋਈ ਬੁਤਾਰੀ ਨੇ। ਠੀਕ ਆ, ਚੰਗਾ ਆਉਨੇ ਆ। ਉਹਦਾ ਉਹਦਾ ਨਾ ਕਲੋਲ ਕਰ ਆਈ, ਭੁੱਖੀ ਅੱਜ ਨਹੀਂ ਦੇਣਾ ਇਹਨਾਂ ਕੁਛ ਖਾਣ ਨੂੰ। ਹੁਣ ਪਹੁੰਚੇ ਅਸੀਂ ਖਾਣ ਲਈ ਕੁਛ, ਅਤੇ ਅਸੀਂ ਮੰਗਦੇ ਪਏ ਸੀ ਡੋਕਲਾ, ਅਤੇ ਉਹ ਕਹਿੰਦੇ ਨਹੀਂ ਡੋਕਲਾ ਤਾਂ ਖਤਮ ਹੈ। ਅਤੇ ਫਿਰ ਅਸੀਂ ਡਿਸਾਈਡ ਕੀਤਾ ਕਿ ਚਲੋ ਡੋਕਲਾ ਰਹਿਣ ਦਿਓ, ਅਤੇ ਅਸੀਂ ਗੋਲ ਗੱਪੇ ਹੀ ਖਾ ਲੈਂਦੇ ਹਾਂ। ਅਤੇ ਫਿਰ ਅਸੀਂ ਗੋਲ ਗੱਪੇ ਖਾਣ ਵਾਸਤੇ ਬੈਠ ਗਏ। ਬ੍ਰਾਹਮਣ ਸਭ ਤੋਂ ਅੱਗੇ ਕਹਿੰਦੀ ਬਹੁਤ ਭੁੱਖ ਲੱਗੀ, ਆ ਜਾ ਫਟਾਫਟ, ਕਹਿੰਦੀ ਮੇਰੀ ਫੋਟੋ ਖਿੱਚ, ਮੈਂ ਕਿਹਾ ਤੇਰੀ ਫੋਟੋ ਬਾਅਦ 'ਚ ਖਿੱਚਦੇ। ਇੱਧਰ ਆ ਗਏ ਆਪਣੇ ਗੋਲ ਗੱਪੇ, ਅਤੇ ਮੈਂ ਮੰਗਵਾਏ ਜੀ ਆਟੇ ਵਾਲੇ ਗੋਲ ਗੱਪੇ ਅਤੇ ਨਾਲ ਖੱਟਾ ਪਾਣੀ, ਅਤੇ ਸਿੰਪਲ ਮੈਨੂੰ ਲੱਗਦਾ 5 ਗੋਲ ਗੱਪੇ ਨੇ ਬਸ ਇਹ, ਇਹਦੇ ਨਾਲ ਮੇਰਾ ਕੀ ਬਣਨਾ ਮੈਂ। ਅਤੇ ਇੱਧਰ ਅਮਨ ਦੇ ਆ ਗਏ ਦਹੀਂ ਵਾਲੇ ਗੋਲ ਗੱਪੇ, ਅਤੇ ਇੱਧਰ ਅਮਨ ਨੂੰ ਆ ਗਿਆ ਫੋਨ, ਅਤੇ ਅਮਨ ਮਾਰਦੀ ਪਈ ਗੱਪਾਂ, ਅਤੇ ਕੁਲਵਿੰਦਰ ਨੇ ਹਜੇ ਔਡਰ ਕੀਤਾ ਨਹੀਂ, ਅਤੇ ਪਿੱਛੇ ਨਾ ਗਾਣੇ ਚੱਲਦੇ ਪਏ ਸੀ, ਅਤੇ ਮੈਂ ਕਿਹਾ ਚਲੋ ਮੈਂ ਵੋਇਸ ਰਿਕਾਰਡ ਕਰ ਦਿੰਦੀ ਹਾਂ। ਮੈਂ ਅਮਨ ਨੂੰ ਕਹਿ ਰਹੀ ਖਾ ਲਿਆ, ਕਹਿੰਦੀ ਪਹਿਲਾਂ ਮੈਂ ਫੋਨ ਸੁਣ ਲਾਂ, ਅਤੇ
ਇੱਧਰ ਹੋ ਗਿਆ ਸ਼ੁਰੂ। ਅਮਨ ਕਹਿੰਦੀ ਇਹਨਾਂ ਨੇ ਤਾਂ ਮੈਨੂੰ ਸਮਾਨ ਹੀ ਬਹੁਤ ਪਾਤਾ ਗੋਲਗੱਪਿਆਂ 'ਚ, ਮੈਂ ਸਿੰਪਲ ਮੰਗਵਾਏ ਹੁਣ ਇਹਨਾਂ ਨੇ ਅਨਾਰ ਅਨੂਰ ਬਹੁਤ ਕੁਛ ਪਾਤਾ। ਅਮਨ ਆਪਾਂ ਨੇ ਉਤਾਰਤੀ ਗੱਡੀ 'ਚੋਂ, ਉਹ ਤਾਂ ਆਪਾਂ ਜਾ ਰਹੇ ਹਾਂ ਪਿੱਛੇ। ਆਹ ਸੀ ਡੇਰੀ ਸਰਦਾਰ ਡੇਰੀ ਸੀ, ਅਮਨ ਨੇ ਲੈ ਲਿਆ। ਅਮਨ ਅੱਗੇ ਖੜਾ, ਅਮਨ ਅੱਗੇ ਖੜਾ। ਜਿੱਦਣ ਸਾਡੀ ਨਵੀਂ ਗੱਡੀ ਆਈ ਨਾ, ਉਦਣ ਦੀ ਕਲਿੰਦਰ ਟੈਂਕੀ ਫੁੱਲ ਕਰਾਉਂਦਾ, 100-200-500 ਦਾ ਤਾਂ ਕਦੇ ਤੇਲ ਹੀ ਨਹੀਂ ਪਵਾਇਆ। ਹੋਰ ਤਾਂ ਹੁਣ ਆਪਾਂ ਆਏ ਸੀ ਇੱਥੇ ਰਿਲਾਇੰਸ ਪੈਟਰੋਲ ਪੰਪ 'ਤੇ, ਕੁਲਿੰਦਰ ਨੇ ਟੈਂਕੀ ਫੇਰ ਫੁੱਲ ਕਰਾ ਲਈ, ਕਹਿੰਦਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀ, ਮੇਰੇ ਸਕੈਨ ਐਂ ਹੋ ਜੂਗਾ ਇਹ ਵਾਈਫਾਈ। ਹਾਂ ਵਾਈਫਾਈ, ਉੱਚੀਆਂ ਗੱਲਾਂ ਯਾਰ 'ਚ ਕਿਤੇ ਉਹ ਹੀ ਨਾ ਮੰਜਾ ਠਕਾ ਲਈਏ ਕਿਤੇ। ਹਾਂ ਉੱਚੀਆਂ ਚੱਕਰਾਂ 'ਚ ਉੱਚੀਆਂ ਗੱਲਾਂ ਹੀ ਰਹਿ ਜਾਣ, ਹੋਰ ਕੁਛ ਆਪਾਂ ਡਾਊਨ ਹੋ ਜਾਈਏ ਕਿਤੇ। ਸਹੀ ਹੈ ਸਹੀ ਹੈ ਸਹੀ, ਤਾਂ ਦੇਖੋ ਸਾਡੀ ਗੱਡੀ ਕਿਵੇਂ ਭਰੀ ਪਈ ਹੈ, ਮੈਂ ਨਾ ਦਿਖਾਉਂਦੀ ਹਾਂ ਤੁਹਾਨੂੰ। ਆਹ ਦੇਖੋ ਦੀਵਾਲੀ ਹੈ, ਸਫਾਈਆਂ ਕਰਨੀਆਂ, ਜਾਲੇ ਲਾਉਣ ਵਾਲਾ। ਅਮਨ ਮੈਂ ਵੀ ਲੈਣਾ ਸੀ ਇੱਕ, ਮੇਰੇ ਕੋਲ ਵੀ ਹੈਨੀ ਸੀ। ਦੁਬਾਰਾ ਕਰਕੇ ਦੇਖ ਲਓ। ਅਤੇ ਇੱਧਰ ਸਾਡੇ ਕੁਝ ਪਾਰਸਲ ਲੱਗ ਗਏ, ਕੁਛ ਰਹਿ ਗਏ, ਪਾਰਸਲ ਵਾਲਾ ਚਲਾ ਗਿਆ ਸੀ। ਅਤੇ ਇੱਧਰ ਬਾਕੀ ਘਰ ਜਾ ਕੇ ਸਮਾਨ ਦਿਖਾਉਂਦੇ, ਇਹ ਸਾਡੀ ਗੋਭੀ ਪਈ ਹੈ। ਹੋਇਆ ਨਹੀਂ ਨਜ਼ਰ ਲੱਗ ਗਈ, ਮੈਨੂੰ ਲੱਗਦਾ ਟੈਂਕੀ ਫੁੱਲ ਕਰਾਇਆ। ਦੀਦੀ ਮੈਨੂੰ ਤੁਸੀਂ ਕਲਰ ਦੱਸ ਦਿਓ ਕਿਸ। ਚਲੋ ਜੀ, ਸਾਡਾ ਸਮਾਨ ਆ ਗਿਆ ਸਾਰਾ ਘਰੇ, ਅਤੇ ਮੈਂ ਜਾਣਾ ਸੀ ਸੰਗਰੂਰ, ਅਤੇ ਮੇਰਾ ਸੰਗਰੂਰ ਜਾਣਾ ਕੈਂਸਲ ਹੋ ਗਿਆ ਅੱਜ ਫਿਰ, ਅਤੇ ਮੈਂ ਹੁਣ ਸਵੇਰੇ ਤੜਕੇ ਜਾਊਂਗੀ ਬਲਵਿੰਦਰ ਦੀ ਪੰਜੀਰੀ ਬਣਾ ਕੇ ਫਿਰ ਜਾਵਾਂਗੇ। ਅਤੇ ਬਾਕੀ ਚਲੋ ਜੀ, ਅੱਜ ਦੇ ਵਲੋਗ ਦਾ ਪੁਆਇੰਟ ਇੱਥੇ ਹੀ ਕਰਦੇ ਹਾਂ, ਮਿਲਦਾ ਤੁਹਾਨੂੰ ਨਵੇਂ ਵਲੋਗ ਦੇ ਨਾਲ। ਉਮੀਦ ਕਰਦੇ ਹਾਂ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਵੇਗਾ, ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਅਤੇ ਹੁਣ ਅਸੀਂ ਰੋਟੀ ਖਾ ਲਈਏ, ਭੁੱਖ ਬੜੀ ਲੱਗੀ, ਫਿਰ ਗੋਲਗੱਪੇ ਖਾਧੇ, ਖਾਵਾਂਗੇ ਖਾਵਾਂਗੇ ਕੁਛ, ਤੂੰ ਕਹੀ ਗਈ ਖਾਵਾਂਗੇ। ਇਹ ਲੈ ਕੇ ਗਿਆ ਤੁਹਾਨੂੰ ਕੁਲਵਿੰਦਰ, ਕਹਿੰਦਾ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਬੀਕਾਨੇਰ, ਤੋਂ ਉੱਥੇ ਕੀ ਮਿਲਿਆ, ਕੁਛ ਵੀ ਨਾ। ਉਹਦੇ ਗੋਲਗੱਪੇ ਟਿੱਕੀ ਹੀ ਹੋਤੀ ਸੀ।